ਰਿਹਾ ਰੇਡੀਓ ਮੰਤਰਾ 91.9 FM ਤੇ ਮੈਂ ਹਾਂ ਜੀ ਤੁਹਾਡੀ ਆਪਣੀ ਪ੍ਰੀਤ ਐਂਡ ਸ਼ੋ ਚੱਲ ਰਿਹਾ ਹੈ ਮੇਰਾ ਵਾਲਾ ਹਿੱਟ। ਔਰ ਜਨਾਬ ਇਸ ਵੇਲੇ ਮੇਰੇ ਸਟੂਡੀਓ ਚ ਪਤਾ ਕੌਣ ਹੈ ਯਾਰ? ਨਿਰਮਲ ਸਿੱਧੂ। ਇਹਨਾਂ ਦਾ ਨਵਾਂ ਗਾਣਾ ਆਉਣ ਵਾਲਾ ਨਾ ਪਿੰਡ ਟਹਿਣੇ ਦੀਆਂ ਗਲੀਆਂ। ਸੋ ਮੈਂ ਸੋਚਿਆ ਕਿ ਇਹਨਾਂ ਨੂੰ ਪੁੱਛ ਲੈਂਦੇ ਹਾਂ ਵੀ ਇਹ ਗਾਣਾ ਸਪੈਸ਼ਲੀ ਤੁਸੀਂ ਆਪਣੇ ਪਿੰਡ ਲਈ ਬਣਾਇਆ ਤੇ ਇਹਦੇ ਪਿੱਛੇ ਦਾ ਕੀ ਰੀਜ਼ਨ ਹੈ? ਸਭ ਤੋਂ ਪਹਿਲਾਂ ਜੀ ਪ੍ਰੀਤ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਰੇਡੀਓ ਮੰਤਰਾ ਦੀ ਸਾਰੇ ਲਿਸਨਰ ਜਿਹੜੇ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਨੇ ਸਾਰਿਆਂ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਗਾਣਾ ਪਿੰਡ ਟਹਿਣੇ ਦੀਆਂ ਗਲੀਆਂ ਜਿਹੜਾ ਕਿ ਮੈਂ ਆਪਣੇ ਪਿੰਡ ਨੂੰ ਡੈਡੀਕੇਟ ਕੀਤਾ ਕਿਉਂਕਿ ਮੇਰੇ ਪਿੰਡ ਦੇ ਲੋਕ ਬਹੁਤ ਮੇਰੇ ਨਾਲ ਨਾਰਾਜ਼ ਸੀਗੇ। ਕਹਿੰਦੇ ਸੀ ਤੁਸੀਂ ਆਪਣੇ ਕਿਸੇ ਵੀ ਗਾਣੇ ਵਿੱਚ ਪਿੰਡ ਦਾ ਨਾਮ ਨਹੀਂ ਪਾਉਂਦੇ। ਵੈਸੇ ਇੱਕ ਝੂਠ ਸੀ, ਮੇਰੇ ਬਹੁਤ ਸਾਰੇ ਗਾਣੇ ਮੈਂ ਦਿਖਾ ਸਕਦਾ ਜਿਹਨਾਂ ਚ ਪਿੰਡ ਟਹਿਣੇ ਦਾ ਨਾਮ ਆਇਆ ਸੀਗਾ, ਪਰ ਚਲੋ ਕਹਿੰਦੇ ਨਾ ਵੀ ਜਦੋਂ ਉਲਾਂਭਾ ਆ ਜਾਈ ਤਾਂ ਫਿਰ ਉਹ ਲਾਉਣਾ ਪੈਂਦਾ। ਸੋ ਮੈਂ ਕਿਹਾ ਵੀ ਹੁਣ ਮੈਂ ਗਾਣੇ ਚ ਨਾਂ ਨੀ ਪਾਉਂਦਾ, ਮੈਂ ਮਤਲਬ ਗਾਣਾ ਹੀ ਬਣਾ ਦੇਣਾ ਪਿੰਡ ਦਾ। ਸੋ ਮੇਰਾ ਬਚਪਨ, ਮੇਰੀ ਜਵਾਨੀ, ਮੇਰੀ ਸਟਰਗਲ, ਮੇਰਾ ਜਿੱਥੇ ਜਨਮ ਹੋਇਆ, ਇੱਕ ਨਿਰਮਲ ਸਿੱਧੂ ਨੂੰ ਮਤਲਬ ਬੱਚੇ ਦੇ ਰੂਪ ਵਿੱਚ ਤੁਸੀਂ ਦੇਖੋਗੇ ਇਹ ਕਿੱਦਾਂ ਪੜ੍ਹਦਾ ਸੀ, ਕਿੱਦਾਂ ਜਾਂਦਾ ਸੀਗਾ। ਸੋ ਬਹੁਤ ਹੀ ਖੂਬਸੂਰਤ ਟਰੈਕ ਹੈ ਜਿਹੜਾ ਕਿ ਯੈਲੋ ਮਿਊਜ਼ਿਕ ਇਹਨੂੰ ਲਾਂਚ ਕਰਨ ਜਾ ਰਹੇ ਨੇ ਅਤੇ ਵੀਡੀਓ ਰੋਬਿਨ ਸਿੱਧੂ ਡੈਸਟਿਕ ਫਿਲਮ ਨੇ ਬਣਾਇਆ। ਔਰ ਇਹ ਗਾਣਾ ਲਿਖਣ ਦੀ ਗੁਸਤਾਖੀ ਵੀ ਮੈਂ ਕੀਤੀ ਹੈ, ਮਿਊਜ਼ਿਕ ਕਰਨ ਦੀ ਗੁਸਤਾਖੀ ਵੀ ਮੈਂ ਕੀਤੀ ਹੈ ਅਤੇ ਗਾਣਾ ਗਾਉਣ ਦੀ ਗੁਸਤਾਖੀ ਵੀ ਮੈਂ ਕੀਤੀ ਹੈ। ਅਤੇ ਹੁਣ ਅਸਲ 'ਚ ਸਰੋਤੇ ਹੋ ਤੁਸੀਂ ਦੱਸੋਗੇ ਵੀ ਇਹ ਮੈਂ ਗੁਸਤਾਖੀ ਕੀਤੀ ਹੈ ਕਿ ਨਿਰਮਲ ਸਿੱਧੂ ਵਰਡ ਔਰ www.nirmalsiddhu.com ਬਸ, ਬਾਕੀ ਸਾਰਾ ਕੁਝ ਉਹਦੇ ਵਿੱਚ ਹੀ ਆ ਜਾਣਾ ਜੀ। ਠੀਕ ਹੈ ਜੀ, ਤੁਸੀਂ ਆਪਣਾ ਫੀਡਬੈਕ ਉਧਰ ਦੇ ਸਕਦੇ ਹੋ। ਫਿਲਹਾਲ ਇਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਨੂੰ ਬਹੁਤ ਜਲਦ ਸੁਣਾਵਾਂਗੀ। ਤੁਸੀਂ ਬਸ ਸੁਣਦੇ ਜਾਓ ਰੇਡੀਓ ਮੰਤਰਾ 91.9 FM, ਅਸਲੀ ਪੰਜਾਬੀ ਰੇਡੀਓ ਸਟੇਸ਼ਨ। ਹੱਸਦੀਆਂ ਵਸਦੀਆਂ ਰਹਿਣ ਸਦਾ ਮੇਰੇ ਪਿੰਡ ਟਹਿਣੇ ਦੀਆਂ ਗਲੀਆਂ।